ਸਤਿ ਸ਼੍ਰੀ ਅਕਾਲ ਜੀ, ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਅਵਤਾਰ ਸਿੰਘ ਸ਼ੇਰਗਿੱਲ। ਕੱਲ੍ਹ ਦੇ ਪੰਜਾਬ ਦੇ ਵਿੱਚ ਬੇਹੱਦ ਸੰਵੇਦਨਸ਼ੀਲ ਹਾਲਾਤ ਬਣੇ ਹੋਏ ਹਨ। ਅੰਮ੍ਰਿਤਪਾਲ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ, ਕਨਸੋਆਂ ਹਰ ਕੋਈ ਜਾਣਨ ਦੀ ਇਹ ਕੋਸ਼ਿਸ਼ ਵਿੱਚ ਹੈ ਕਿ ਆਖਿਰ ਕੀ ਹੋ ਰਿਹਾ ਅਤੇ ਕੀ ਨਹੀਂ ਹੋ ਰਿਹਾ, ਕਿੱਥੇ ਹੈ ਅੰਮ੍ਰਿਤਪਾਲ। ਪੁਲਿਸ ਕੁਛ ਦੱਸਣ ਦਾ ਨਾਂ ਨਹੀਂ ਲੈ ਰਹੀ, ਪੁਲਿਸ ਨੇ ਬਿਲਕੁਲ ਚੁੱਪੀ ਧਾਰੀ ਹੋਈ ਹੈ। ਉਂਝ ਜਿਹੜਾ ਰੌਲਾ ਪੈ ਗਿਆ ਸੀਗਾ ਵੀ ਉਹਨੂੰ ਫੜ ਲਿਆ, ਫੜ ਕੇ ਡਿਟੇਨ ਕੀਤਾ ਹੋਇਆ, ਕਿੱਥੇ ਰੱਖਿਆ ਕਿੱਥੇ ਨਹੀਂ ਰੱਖਿਆ, ਇਹ ਵੀ ਅਜੇ ਇੱਕ ਛਸ਼ੋਪੰਜ ਹੀ ਬਣੀ ਹੋਈ ਹੈ। ਮਤਲਬ ਕਹਿਣ ਦਾ ਪੇ ਜਿਵੇਂ ਨੈੱਟ ਬੰਦ ਕੀਤਾ, ਸਾਰੇ ਪੰਜਾਬ ਦੇ ਵਿੱਚ SMS ਬੰਦ ਕਰ ਦਿੱਤੇ, ਉਸ ਤੋਂ ਬਾਅਦ ਸਾਰਿਆਂ ਨੂੰ ਇਹ ਲੱਗਣ ਲੱਗ ਗਿਆ ਸੀਗਾ ਵੀ ਸ਼ਾਇਦ ਅੰਮ੍ਰਿਤਪਾਲ ਫੜ ਲਿਆ। ਪਰ ਪੁਲਿਸ ਹਜੇ ਤੱਕ ਵੀ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਰਹੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਤਾਂ ਉਹਨੂੰ ਭਗੌੜਾ ਘੋਸ਼ਿਤ ਕਰ ਦਿੱਤਾ ਗਿਆ। ਸੋ ਪੰਜਾਬ ਦੇ ਹਾਲਾਤ ਜਿਹਨੂੰ ਲੈ ਕੇ ਵਿਦੇਸ਼ਾਂ ਤੋਂ ਵੀ ਫੋਨ ਆਉਣੇ ਸ਼ੁਰੂ ਹੋ ਗਏ ਆ ਵੀ ਆਖਿਰ ਇਹ ਪੰਜਾਬ ਦੇ ਵਿੱਚ ਇੱਕਦਮ ਇਹੋ ਜਿਹੀ ਤਬਦੀਲੀ ਕੀ ਆ ਗਈ। ਯਾਦ ਆਊਗਾ ਥੋੜ੍ਹੇ ਦਿਨ ਪਹਿਲਾਂ ਮੈਂ ਹੀ ਦੱਸਿਆ ਸੀਗਾ ਕਿ ਅੰਮ੍ਰਿਤਪਾਲ ਖਿਲਾਫ, ਅੰਮ੍ਰਿਤਪਾਲ ਦੇ ਸਮਰਥਕਾਂ ਦੇ ਖਿਲਾਫ ਅਜਨਾਲਾ ਹਿੰਸਾ ਨੂੰ ਲੈ ਕੇ ਕਾਰਵਾਈ ਦੀ ਤਿਆਰੀ ਦੇ ਵਿੱਚ ਹੈ ਪੰਜਾਬ ਪੁਲਿਸ, ਪੰਜਾਬ ਸਰਕਾਰ, ਜਿਹਦੇ ਕਰਕੇ ਪਹਿਲਾਂ ਉਹਨਾਂ ਨੇ ਉਹਦੇ ਸਮਰਥਕਾਂ ਦੇ ਲਾਇਸੈਂਸ ਰੱਦ ਕੀਤੇ ਸੀਗੇ। ਫਿਰ ਉਹਨਾਂ ਦੇ ਕੁਛ ਨਾ ਕੁਛ ਇਹੋ ਜਿਹੀ ਤਰਤੀਬ ਵਾਂਗ ਘੜੀ ਜਾਂਦੀ ਰਹੀ ਸੀ ਕਿਉਂਕਿ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਦੇ ਉੱਤੇ ਪ੍ਰੈਸ਼ਰ ਹੀ ਇੰਨਾ ਬਿਲਡਅਪ ਹੋ ਗਿਆ ਸੀਗਾ। ਵਿਰੋਧੀ ਪਾਰਟੀਆਂ ਨੇ ਪੂਰੀਆਂ ਘੇਰ ਲਈ ਸੀ ਸਰਕਾਰ ਇਸ ਮੁੱਦੇ ਤੇ। ਸੋ ਉਸ ਨੂੰ ਲੈ ਕੇ ਵੀ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੇ ਪ੍ਰੈਸ਼ਰ ਕਰਕੇ ਦਬਾਅ ਚ ਸੀਗੀ ਤੇ ਇਹ ਲੱਗਦਾ ਸੀਗਾ ਵੀ ਕਾਰਵਾਈ ਹੋਊਗੀ ਤੇ ਕਾਰਵਾਈ ਦਾ ਅੰਦੇਸ਼ਾ ਜਤਾਇਆ ਜਾ ਰਿਹਾ ਸੀਗਾ ਵੀ G20 ਸੰਮੇਲਨ ਜਿਹੜਾ 20 ਤਰੀਕ ਤੱਕ ਖਤਮ ਹੋਣਾ ਹੈ, ਉਸ ਤੋਂ ਬਾਅਦ ਕਾਰਵਾਈ ਹੋਊਗੀ। ਪਰ ਅਚਾਨਕ ਉਸ ਤੋਂ ਪਹਿਲਾਂ ਇੱਕ ਤਾਂ ਅੰਮ੍ਰਿਤਪਾਲ ਨੇ ਖਾਲਸਾ ਵਹੀਰ ਦਾ ਦੂਸਰਾ ਪੜਾਅ ਜਿਹੜਾ ਸ਼ੁਰੂ ਕਰਨਾ ਸੀਗਾ ਉਹ ਸ੍ਰੀ ਮੁਕਤਸਰ ਸਾਹਿਬ ਤੋਂ ਸ਼ੁਰੂ ਕਰਨਾ ਸੀ। ਉਸ ਦੇ ਨਾਲ ਨਾਲ ਹੀ ਅੱਜ 19 ਤਰੀਕ ਸਿੱਧੂ ਮੂਸੇਵਾਲੇ ਦੀ ਜਿਹੜੀ ਬਰਸੀ ਦਾ ਸਮਾਗਮ ਸੀਗਾ ਉਹ ਅੱਜ ਇਸ ਵੇਲੇ ਸ਼ੁਰੂ ਹੋ ਚੁੱਕਾ ਆ ਪਿੰਡ ਮੂਸੇ ਵਿੱਚ। ਇਕੱਠ ਪੱਖੋਂ, ਵੱਡਾ ਇਕੱਠ ਪੱਖੋਂ ਜਿਹੜਾ ਉਹਨਾਂ ਨੂੰ ਅੰਦਾਜ਼ਾ ਲੱਗ ਰਿਹਾ ਸੀ ਪੰਜਾਬ ਸਰਕਾਰ ਨੂੰ, ਉਹ ਬੇਹੱਦ ਇਸ ਗੱਲ ਨੂੰ ਲੈ ਕੇ ਘਬਰਾਈ ਹੋਈ ਸੀਗੀ ਕਿਉਂਕਿ ਇਹਨਾਂ ਕੁਝ ਦਿਨਾਂ ਦੇ ਵਿੱਚ ਹੀ ਸਿੱਧੂ ਮੂਸੇਵਾਲੇ ਦਾ ਮਾਮਲਾ ਜਿਹੜਾ ਦੁਬਾਰਾ ਪੱਕ ਗਿਆ ਸੀ ਵਿਧਾਨ ਸਭਾ ਦੇ ਬਾਹਰ। ਉਹਦੇ ਮਾਪਿਆਂ ਤੋਂ ਜਾਣ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੀ ਜਿਹੜੀ ਵੀਡੀਓ ਇੰਟਰਵਿਊ ਜਿਹੜੀ ਹੈ ਕਿਸੇ ਜੇਲ੍ਹ ਤੋਂ ਹੋਣੀ, ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਦੁਬਾਰਾ ਫਿਰ ਤੂਲ ਫੜਦਾ ਨਜ਼ਰ ਆਉਂਦਾ ਸੀ ਤੇ ਪੰਜਾਬ ਸਰਕਾਰ ਨੂੰ ਇਹ ਲੱਗਦਾ ਸੀ ਵੀ ਜੇ ਉਹ ਤੇ ਇਕੱਠ ਵੱਡਾ ਹੋ ਗਿਆ ਤੇ ਕਿਤੇ ਦੁਬਾਰਾ ਪ੍ਰੈਸ਼ਰ ਬਿਲਡਅਪ ਨਾ ਹੋ ਜਾਏ। ਵਿਧਾਨ ਸਭਾ ਦੇ ਵਿੱਚ ਵੀ ਕੁਝ ਇੱਕ ਮੰਤਰੀਆਂ ਨੇ ਸਿੱਧੂ ਮੂਸੇਵਾਲੇ ਨੂੰ ਲੈ ਕੇ ਕਿਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਆ ਉਹਨੂੰ ਲੈ ਕੇ ਵੀ ਉਹਦੇ ਸਮਰਥਕਾਂ ਦੇ ਵਿੱਚ, ਉਹਦੇ ਪਰਿਵਾਰ ਦੇ ਵਿੱਚ ਕਾਫੀ ਨਾਰਾਜ਼ਗੀ ਜਿਹੜੀ ਹੈ ਉਹ ਜਿਤਾਈ ਜਾ ਰਹੀ ਸੀਗੀ। ਸੋ ਹੁਣ ਦੇ ਹਾਲਾਤ ਇਹ ਆ ਕਿ ਬੀਤੇ ਦਿਨ ਜਦੋਂ ਅੰਮ੍ਰਿਤਪਾਲ ਸਿੰਘ ਆਪਣੇ ਸਮਰਥਕਾਂ ਦੇ ਨਾਲ ਮੁਕਤਸਰ ਸਾਹਿਬ ਵੱਲ ਨੂੰ ਜਾ ਰਿਹਾ ਸੀ, ਉੱਥੇ ਰਸਤੇ ਦੇ ਵਿੱਚ ਮਹਿਤਪੁਰ ਨਕੋਦਰ ਦੇ ਆਲੇ ਦੁਆਲੇ ਕਿਤੇ ਜਦੋਂ ਮਿਲੀ ਆ, ਇੱਕਦਮ ਕਾਰਵਾਈ ਦਾ ਜਿਹੜਾ ਇਹ ਪੁਲਿਸ ਦੀ ਪਲੈਨਿੰਗ ਹੋਈ ਉਸ ਵਹੀਰ ਤੱਕ ਚਲਾਉਣ ਲਈ, ਉੱਥੇ ਪਹੁੰਚਣ ਤੋਂ ਰੋਕਣ ਲਈ ਉਹਦੀ ਘੇਰਾਬੰਦੀ ਕੀਤੀ ਗਈ। ਫਿਰ ਦੱਸਿਆ ਜਾ ਰਿਹਾ ਸੀਗਾ ਵੀ ਉਹਦੇ ਸਮਰਥਕ ਫੜ ਲਏ ਆ। ਹੁਣ ਗਿਣਤੀ ਜਿਹੜੀ ਸਮਰਥਕਾਂ ਦੀ ਆ 78, ਮਤਲਬ ਕਹਿਣ ਦਾ ਵੀ 78 ਸਮਰਥਕ ਜਿਹੜੇ ਆ ਉਹ ਅੰਮ੍ਰਿਤਪਾਲ ਸਿੰਘ ਦੇ ਫੜ ਲਏ ਆ। ਤੇ ਅੰਮ੍ਰਿਤਪਾਲ ਸਿੰਘ ਕਿੱਥੇ ਆ, ਇਹ ਬਹੁਤ ਵੱਡਾ ਸਵਾਲ ਅੱਜ ਵੀ ਖੜਾ ਆ। 24 ਘੰਟੇ ਬੀਤਣ ਨੂੰ ਹੋ ਗਿਆ ਆ। ਉਧਰ ਪੰਜਾਬ ਦੇ ਮੋਹਾਲੀ ਇਲਾਕੇ ਦੇ ਵਿੱਚ ਜਿਹੜਾ ਇਨਸਾਫ ਮੋਰਚੇ ਦੀ ਪੱਕਾ ਲੱਗਾ ਹੋਇਆ ਸੀਗਾ ਉਹਨਾਂ ਦੇ ਵਿੱਚ ਵੀ ਦੋ ਦਿਨ ਪਹਿਲਾਂ ਚਾਹੇ ਦੋ ਫਾੜ ਹੋਣ ਦੀਆਂ ਗੱਲਾਂ ਆ ਰਹੀਆਂ ਸੀਗੀਆਂ। ਇੱਕ ਧੜਾ ਅੰਮ੍ਰਿਤਪਾਲ ਸਿੰਘ ਦੇ ਨਾਲ ਸੀ ਜੋ ਉਹਨੇ ਕੋਈ ਬਿਆਨ ਦੇ ਦਿੱਤਾ ਸੀ ਜਿਹਦੀ ਕੰਟਰੋਵਰਸੀ ਪੈਦਾ ਹੋ ਗਈ ਸੀ, ਇੱਕ ਧੜਾ ਅੰਮ੍ਰਿਤਪਾਲ ਦੇ ਖਿਲਾਫ ਸੀ। ਪਰ ਉਹ ਦੋਨਾਂ ਦੇ ਦੋ ਫਾੜ ਹੋਣ ਕਾਰਨ ਲੱਗਦਾ ਸੀਗਾ ਵੀ ਇਨਸਾਫ ਮੋਰਚਾ ਜਿਹੜਾ ਕਿਤੇ ਨਾ ਕਿਤੇ ਖਤਮ ਹੋ ਜਾਊਗਾ। ਪਰ ਕੱਲ੍ਹ ਦੀ ਘਟਨਾ ਤੋਂ ਬਾਅਦ ਉਸ ਇਨਸਾਫ ਮੋਰਚੇ ਨੇ ਆਪਣੇ ਆਪ ਨੂੰ ਫਿਰ ਸਟੈਂਡ ਅਪ ਕੀਤਾ ਤੇ ਇਹ ਵੀ ਸੂਹ ਮਿਲੀ ਆ ਸੂਤਰਾਂ ਤੋਂ ਕਿ ਇਨਸਾਫ ਮੋਰਚੇ ਨੇ ਅੱਜ ਦਾ 2 ਵਜੇ ਤੱਕ ਦਾ ਅਲਟੀਮੇਟਮ ਸਰਕਾਰ ਨੂੰ ਦਿੱਤਾ ਆ ਵੀ ਸਾਨੂੰ ਦੱਸੋ ਅੰਮ੍ਰਿਤਪਾਲ ਸਿੰਘ ਹੈ ਕਿੱਥੇ ਆ, ਜੇ ਤਾਂ ਗ੍ਰਿਫਤਾਰ ਕੀਤਾ ਤੇ ਉਹਦੀ ਗ੍ਰਿਫਤਾਰੀ ਪਾ ਕੇ ਲੋਕਾਂ ਤੱਕ ਸਾਹਮਣੇ ਲਿਆਓ, ਉਹਨੂੰ ਪੇਸ਼ ਕਰੋ, ਅਦਾਲਤ ਵਿੱਚ ਪੇਸ਼ ਕਰੋ ਤਾਂ ਕਿ ਪਤਾ ਲੱਗੇ ਕੀ ਉਹਦੇ 'ਚ ਚਾਰਜ ਲਾਇਆ, ਕੀ ਦੋਸ਼ ਲਾਇਆ, ਕਾਹਦੇ ਉਹਦੇ 'ਤੇ ਜਿਹੜੀ ਇਹੋ ਜਿਹੀ ਧਾਰਾ ਲਾਈ ਆ ਜਿਸ ਕਰਕੇ ਦੱਸਿਆ ਨਹੀਂ ਜਾ ਰਿਹਾ। ਤੇ ਜੇ 2 ਵਜੇ ਤੱਕ ਨਹੀਂ ਦੱਸਿਆ ਤੇ ਉਹਨਾਂ ਦਾ ਫਿਰ ਅਗਲਾ ਕੋਰਸ ਆਫ ਐਕਸ਼ਨ ਕੀ ਹੁੰਦਾ ਆ ਉਹ ਪੰਜਾਬ ਇਨਸਾਫ ਮੋਰਚਾ ਹੀ ਦੱਸੂਗੀ। ਪਰ ਫਿਲਹਾਲ ਜੇ ਮੈਂ ਕਹਾਂ ਕਿ ਇਸ ਸਾਰੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ, ਪੰਜਾਬ ਪੁਲਿਸ ਬੇਸ਼ੱਕ ਆਪਣੇ ਉੱਤੇ ਅਜਨਾਲਾ ਹਿੰਸਾ ਨੂੰ ਟੈਕਲ ਕਰਨ ਦੇ ਵਿੱਚ ਨਾਕਾਮ ਰਹਿਣ ਦਾ ਜਿਹੜਾ ਦੋਸ਼ ਲੱਗ ਰਿਹਾ ਸੀਗਾ, ਜਿਹੜਾ ਇੱਕ ਧੱਬਾ ਲੱਗ ਰਿਹਾ ਸੀ ਉਹਨੂੰ ਧੋਣ ਦੇ ਯਤਨ ਵਿੱਚ ਹੈ, ਉਹਨੂੰ ਹਟਾਉਣ ਦੇ ਯਤਨ ਵਿੱਚ ਆ ਵੀ ਅਸੀਂ ਇਹ ਦੱਸਾਂਗੇ ਵੀ ਅੰਮ੍ਰਿਤਪਾਲ ਸਿੰਘ ਨੂੰ ਅਸੀਂ ਫੜ ਲਿਆ ਆ। ਪਰ ਇੱਕ ਮਹੀਨਾ ਹੋ ਜਾਣਾ 23 ਫਰਵਰੀ ਦੀ ਉਹ ਜਿਹੜਾ ਵਾਕਿਆ ਆ ਅਜਨਾਲਾ ਹਿੰਸਾ ਦਾ, 23 ਮਾਰਚ ਆਉਣ ਵਾਲਾ, ਇੱਕ ਮਹੀਨਾ ਪੂਰਾ ਹੋਣ ਤੱਕ ਕਾਰਵਾਈ ਨਹੀਂ ਹੋਣੀ। ਉਹ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇਸ ਗੱਲ ਨੂੰ ਵੇਟ ਕਰਦੀ ਸੀ ਜਾਂ ਦੇਖਦੀ ਸੀਗੀ ਤੇ ਦੇਖੀਏ ਇਹਦਾ ਰਿਐਕਸ਼ਨ ਕਿੰਨਾ ਕੁ ਹੋਣਾ। ਪਰ ਉਹਨਾਂ ਦੇ ਆਸ ਤੋਂ ਉਲਟ ਬਹੁਤ ਵੱਡਾ ਰਿਐਕਸ਼ਨ ਹੋ ਗਿਆ ਸੀ।
मामला इथों तक पहुंच गया सीगा कि हर एक पार्टी कदे कोई पत्र लिख रही सीगी, कदे कोई शरेआम बोल रहा सी। विधानसभा दे विच भी राजा बड़ेंगे ने बहुत जोर शोर नाल आवाज उठाई सी। रवनीत बिट्टू तो बहुत देर दा कह रहा सीगा कि इस नूं फड़दे क्यों नहीं, पंजाब सरकार डरदी क्यों अमृतपाल तों। पर जिहड़े हालात सेंसिटिवनेस जो हुंदी आ ओह कल तों देखण नूं मिली आ। सो इह बहुत डरे होए आ आम जिहड़े इंसाफ पसंद आ, शांति पसंद जड़े लोग आ, उन्हां दा हाल यह आ वी उह दुबारा उस दौर दे नाल कंपैरिजन करके देखण लग पए आ किते इहो जिहे हालात दुबारा ना पैदा हो जाण। सो हर किसी दे मन दे विच जिहड़ा उह डर भय दहशत इस नूं लै के लोग तरह तरह दियां अफवाहां तों बचण दी कोशिश करनी चाहीदी आ और बचना भी चाहीदा है क्योंकि अफवाहां बहुत फैलदियां। इहनूं लै के ही SMS जड़े और इंटरनेट बंद कर दिता सीगा बीती शाम तों ही। ਲੋਕਾਂ ਨੇ ਜਿਨ੍ਹਾਂ ਨੇ ਕੋਈ ਪੰਜਾਬ ਦੇ ਵਿੱਚ ਵਿਚਰਨਾ ਸੀ, ਪੰਜਾਬ ਤੋਂ ਬਾਹਰ ਗਏ ਸੀ, ਉਹਨਾਂ ਨੇ ਪੰਜਾਬ ਆਉਣਾ ਸੀਗਾ, ਤਰ੍ਹਾਂ ਤਰ੍ਹਾਂ ਦੇ ਕੰਮ ਹੁੰਦੇ। ਫਿਲਹਾਲ ਫਿਰ ਵੀ ਅੱਜ ਦਾ ਦਿਨ ਜੇ ਕਹੀਏ ਤੇ ਇੱਕ ਐਤਵਾਰ ਦਾ ਦਿਨ ਹੈ, ਛੁੱਟੀ ਵਾਲਾ ਦਿਨ ਬੇਸ਼ੱਕ ਹੁੰਦਾ ਆ, ਕੰਮਾਂ ਕਾਰਾਂ ਤੋਂ ਛੁੱਟੀ ਹੋਊਗੀ, ਪਰ ਜਿਨ੍ਹਾਂ ਨੇ ਆਪਣੇ ਪ੍ਰੀ ਪਲੈਨਡ ਕੰਮ ਹੁੰਦੇ ਆ, ਆਉਣਾ ਜਾਣਾ ਹੁੰਦਾ ਆ, ਉਹ ਤਾਂ ਜਾਣੇ ਹੁੰਦੇ ਆ। ਤੇ ਉਹ ਬੀਤੀ ਸ਼ਾਮ ਤੋਂ ਹੀ ਇਸ ਗੱਲ ਨੂੰ ਪਤਾ ਕਰਨ ਚ ਲੱਗੇ ਹੋਏ ਸੀ ਕਿ ਕੱਲ ਨੂੰ ਐਤਵਾਰ ਆ ਅਸੀਂ ਫਲਾਣੇ ਥਾਂ ਜਾਣਾ, ਕੋਈ ਰੌਲਾ ਤਾਂ ਨਹੀਂ, ਫਲਾਣੇ ਥਾਂ ਜਾਣਾ ਕੋਈ ਰੌਲਾ ਤਾਂ ਨਹੀਂ, ਕਿਸੇ ਨੇ ਆਉਣਾ, ਕੋਈ ਰਸਤੇ ਵਿੱਚ ਕੋਈ ਰੁਕਾਵਟ ਤਾਂ ਨਹੀਂ। ਪਰ ਇਹ ਵੀ ਪਤਾ ਲੱਗਾ ਵੀ ਮਾਲਵੇ ਵਾਲੇ ਪਾਸੇ ਕੁਛ ਇੱਕ ਥਾਵਾਂ ਤੇ ਪੰਜਾਬ ਸਰਕਾਰ ਨੇ ਰੁਕਾਵਟਾਂ ਇਸ ਕਰਕੇ ਲਾਈਆਂ ਸੀਗੀਆਂ ਬਈ ਉੱਥੇ ਜਿਹੜੇ ਆ ਇਕੱਠ ਜਿਹੜਾ ਆ ਮੂਸੇ ਪਿੰਡ ਦੇ ਵਿੱਚ ਨਵੀਂ ਅਨਾਜ ਦੀ ਜਿਹੜੀ ਦਾਣਾ ਮੰਡੀ ਆ ਉੱਥੇ ਇਕੱਠ ਨਾ ਹੋਵੇ। ਪਰ ਫਿਰ ਵੀ ਅੱਜ ਦੀਆਂ ਜਿਹੜੀਆਂ ਲਾਈਵ ਤਸਵੀਰਾਂ ਉੱਥੋਂ ਮੂਸੇ ਪਿੰਡ ਤੋਂ ਆ ਰਹੀਆਂ ਉਹ ਇਹ ਦਰਸਾਉਂਦੀਆਂ ਆ ਕਿ ਉੱਥੇ ਇਕੱਠ ਜਿਹੜਾ ਆ ਸਰਕਾਰ ਦੇ ਔਰ ਆਮ ਲੋਕਾਂ ਦੇ ਅੰਦੇਸ਼ਾਂ ਨਾਲੋਂ ਕਿਤੇ ਵੱਧ ਗਿਆ, ਕਿਉਂਕਿ ਉਹਦੇ ਸਮਰਥਕ ਉਹਦੇ ਜਿਹੜੇ ਆ ਫੈਨਸ ਆ ਉਹ ਹੈ ਹੀ ਬਹੁਤ ਜ਼ਿਆਦਾ ਆ। ਸੋ ਅੱਜ ਜਿਹੜਾ ਉੱਥੋਂ ਲਾਈਵ ਚੱਲ ਰਿਹਾ, ਦੁਬਾਰਾ ਫਿਰ ਮੈਂ ਮੁੜ ਕੇ ਆਉਣਾ ਉਸੇ ਹੀ ਘਟਨਾਕ੍ਰਮ ਦੇ ਉੱਤੇ ਕਿ ਸੰਵੇਦਨਸ਼ੀਲ ਹਾਲਾਤ ਪੰਜਾਬ ਦੇ ਬਣੇ ਹੋਣ ਕਾਰਨ ਹਰੇਕ ਬੰਦੇ ਦੀ ਜ਼ਿੰਮੇਵਾਰੀ ਬਣਦੀ ਆ, ਚਾਹੇ ਉਹ ਸਰਕਾਰੀ ਮੁਲਾਜ਼ਮ ਹੋਵੇ ਚਾਹੇ ਉਹ ਆਮ ਬੰਦਾ ਹੋਵੇ, ਕਿ ਡਰਾਮੇ ਤੋਂ ਕੰਮ ਲੈਣਾ ਚਾਹੀਦਾ ਹੈ। ਕਿਤੇ ਇਹ ਨਾ ਹੋਈਏ ਹੋਵੇ ਕਿ ਜਿਵੇਂ ਲੜਾਈ ਕਿਸੇ ਹੋਰ ਦੀ ਹੋਵੇ ਤੇ ਗੱਲ ਪੈ ਜਾਏ ਆਮ ਲੋਕਾਂ ਦੀ, ਹੁੰਦਾ ਵੀ ਆਈ ਆ, ਪਰ ਇਹ ਹੋਣਾ ਨਹੀਂ ਚਾਹੀਦਾ। ਜਿੰਨਾ ਡਰਾਮੇ ਤੋਂ ਕੰਮ ਲਿਆ ਜਾਵੇ ਪੰਜਾਬ ਆਪਣਾ ਹੀ ਆ, ਪੰਜਾਬ ਸੂਬਾ ਆਪਣਾ, ਪੰਜਾਬੀ ਵੀ ਆਪਣੇ ਆ। ਸੋ ਡਰਾਮੇ ਤੋਂ ਕੰਮ ਲੈ ਕੇ ਇਹਨਾਂ ਅਫਵਾਹਾਂ ਤੋਂ ਬਚ ਕੇ ਜਿੰਨਾ ਚਿਰ ਕੋਈ ਠੋਸ ਜਾਣਕਾਰੀ ਨਹੀਂ ਮਿਲਦੀ ਉਨਾ ਚਿਰ ਕਦੇ ਵੀ ਕੋਈ ਫਾਰਵਰਡ ਨਹੀਂ ਕੀਤੀ ਜਾਣੀ ਚਾਹੀਦੀ ਆ। ਪੰਜਾਬ ਪੁਲਿਸ ਨੂੰ ਵੀ ਅਗਰ ਕੋਈ ਲੱਗਦਾ ਆ ਵੀ ਸਾਡੀ ਇਹ ਉਹਨੂੰ ਹਿਰਾਸਤ ਵਿੱਚ ਲੈਣ ਜਾਂ ਗ੍ਰਿਫਤਾਰ ਕਰਨ ਦੇ ਵਿੱਚ ਲੈਣ ਚ ਇਹ ਖਬਰ ਲੱਭੀ ਜਾਊਗੀ ਉਨਾ ਚੰਗਾ ਆ, ਪਰ ਇਹ ਵੀ ਕਿਤੇ ਨਾ ਕਿਤੇ ਉਹਨਾਂ ਦੇ ਖਿਲਾਫ ਜਾਣ ਵਾਲੀ ਗੱਲ ਆ, ਕਿਉਂਕਿ ਜਿਹੜਾ ਲੋਕਾਂ ਦੇ ਵਿੱਚ ਗੁੱਸਾ ਆ, ਕਿਉਂਕਿ ਉਹਦੀ ਜਿਹੜੀ ਸਮਰਥਕਾਂ ਦੀ ਜਾਂ ਉਹਨਾਂ ਦੇ ਨਾਲ ਚੱਲਣ ਵਾਲੇ ਨੌਜਵਾਨਾਂ ਦੀ ਜਿਹੜੀ ਭੀੜ ਕਹਿ ਲਈਏ ਜਾਂ ਇਕੱਠ ਕਹਿ ਲਈਏ ਬਹੁਤ ਵੱਡਾ ਸੀਗਾ। ਸੇ ਉਹ ਜਿਹੜੀ ਭੜਕੇ ਹੋਏ ਨੌਜਵਾਨ ਆ ਉਹ ਕਿਹੜਾ ਰੁੱਖ ਅਖਤਿਆਰ ਕਰਦੇ ਆ ਉਹਦਾ ਕੋਈ ਪਤਾ ਨਹੀਂ ਹੁੰਦਾ। ਇਸ ਕਰਕੇ ਜੇ ਸਥਿਤੀ ਜਿੰਨੀ ਛੇਤੀ ਸੰਭਾਲੀ ਜਾਵੇ ਉਨੀ ਚੰਗੀ ਹੁੰਦੀ ਆ, ਜੇ ਹਿਰਾਸਤ ਦੇ ਵਿੱਚ ਲਿਆ ਤੇ ਉਸ ਨੂੰ ਲਿਆ ਕੇ ਸਾਹਮਣੇ ਪੇਸ਼ ਕਰ ਦਿਓ। ਪਰ ਇਹ ਇੱਕ ਮਹੀਨਾ ਲੇਟ ਹੋਣ ਦਾ ਜਿਹੜਾ ਸਵਾਲੀਆ ਚਿੰਨ ਵੀ ਪੰਜਾਬ ਪੁਲਿਸ ਤੇ ਲੱਗ ਰਿਹਾ ਸੀਗਾ ਉਹ ਵੀ ਬਹੁਤ ਵੱਡਾ ਹਜੇ ਤੱਕ ਖੜਾ ਆ। ਗੱਲ ਮੁੱਕਦੀ ਨੂੰ ਜੇ ਮੈਂ ਕੰਕਲੂਜਨ ਕਰਾਂ ਤਾਂ ਫਿਰ ਇਹੀ ਆ ਕਿ ਅੰਮ੍ਰਿਤਪਾਲ ਨੂੰ ਪੰਜਾਬ ਪੁਲਿਸ ਨੇ ਜੋ ਹੁਣ ਦੀ ਅੱਜ ਦੀ ਸਵੇਰ ਦੀ ਜਿਹੜੀ ਸੂਤਰਾਂ ਤੋਂ ਜਾਣਕਾਰੀ ਮਿਲੀ ਆ ਉਹ ਆਪਣੇ ਤੌਰ ਤੇ ਫਿਰ ਇੱਕ ਵਾਰ ਭਗੌੜਾ ਘੋਸ਼ਿਤ ਕੀਤਾ ਗਿਆ ਆ। ਕਨਫਰਮ ਨਹੀਂ ਹੈ, ਦੱਸਿਆ ਜਾਂਦਾ ਹੈ ਸੂਤਰਾਂ ਤੋਂ ਵੀ ਪੰਜਾਬ ਪੁਲਿਸ ਨੇ ਉਹਨੂੰ ਭਗੌੜਾ ਘੋਸ਼ਿਤ ਕਰ ਦਿੱਤਾ। ਇਟ ਮੀਨਸ ਹੈ ਕਿ ਪੰਜਾਬ ਪੁਲਿਸ ਹਜੇ ਵੀ ਕਹਿ ਰਹੀ ਆ ਵੀ ਸਾਡੀ ਹਿਰਾਸਤ ਵਿੱਚ ਨਹੀਂ ਹੈ, ਉਹ ਸਾਡੇ ਕੋਲੋਂ ਭੱਜ ਗਿਆ। ਪਰ ਦੂਸਰੇ ਪਾਸੋਂ ਜੇ ਕਿਸੇ ਤੋਂ ਆਪਾਂ ਪੁੱਛਦੇ ਹਾਂ ਦੱਸਦੇ ਹਾਂ ਤਾਂ ਪਤਾ ਲੱਗਦਾ ਵੀ 100 ਬੰਦੇ ਪੁਲਿਸ ਵਾਲੇ ਮੋਹਰੇ ਸੀ, 100 ਪਿੱਛੇ ਸੀ, ਤਾਂ ਬੰਦਾ ਕਿੱਥੋਂ ਭੱਜ ਗਿਆ, ਕਿਵੇਂ ਭੱਜ ਗਿਆ, ਇਹ ਸਾਰਾ ਕੁਝ ਜਿਹੜੇ ਆ ਸਵਾਲਾਂ ਦੇ ਘੇਰੇ ਦੇ ਵਿੱਚ ਆ। ਅੰਮ੍ਰਿਤਪਾਲ ਹੈ ਕਿੱਥੇ, 24 ਘੰਟੇ ਦਾ ਸਮਾਂ ਹੋ ਚੱਲਿਆ, ਉਸ ਤੋਂ ਬਾਅਦ ਅਲਟੀਮੇਟਮ ਦਾ ਸਮਾਂ ਵੀ ਨੇੜੇ ਆ ਜਾਣਾ 2 ਵਜੇ ਤੱਕ। ਪੰਜਾਬ ਪੁਲਿਸ ਕੀ ਕਰਦੀ ਆ, ਪੰਜਾਬ ਸਰਕਾਰ ਇਸ ਮਾਮਲੇ ਨੂੰ ਟੈਕਲ ਕਰਨ ਲਈ ਨਜਿੱਠਣ ਲਈ ਕੀ ਕਰਦੀ ਆ, ਇਹ ਆਉਣ ਵਾਲਾ ਸਮਾਂ ਦੱਸੂਗਾ। ਫਿਰ ਵੀ ਆਹ ਜਿਹੜਾ ਨਾਜ਼ੁਕ ਸਮਾਂ ਦੌਰ ਲੰਘ ਰਿਹਾ ਇਹਦੇ ਵਿੱਚ ਸਭ ਨੂੰ ਠਰੰਮੇ ਤੋਂ ਕੰਮ ਲੈਣ ਦੀ ਲੋੜ ਆ। ਸੋ ਅੱਜ ਲਈ ਇੰਨਾ, ਤੁਸੀਂ ਦੇਖਦੇ ਰਹੋ ਅਜੀਤ ਵੈਬ TV। ਧੰਨਵਾਦ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ TV ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ।